ਮੈਂ ਤੁਸੀਂ ਬਦਮਾਸ਼ੀ ਕਰਦੇ ਪਏ ਹੋ, ਮੇਰੀ ਸੁਣ ਲੈ ਗੱਲ, ਸੁਣ ਲੈ ਮੇਰੀ ਸਾਨੀ, ਮੈਂ ਤੈਨੂੰ ਹੁਣ ਕਹਿ ਰਿਹਾ ਮੈਂ ਤੈਨੂੰ ਹੁਣ ਕਹਿ ਰਿਹਾ ਤੈਨੂੰ ਬੰਦੇ ਵਾਂਗੂ ਗੱਲ ਕਰ ਰਿਹਾ, ਮੈਂ ਤੇਰੀ ਕੰਪਲੇਂਟ ਲੈ ਰਹੀ ਹੈ, ਮੈਂ ਤੈਨੂੰ ਲਿਮਿਟ ਹੁੰਦੀ ਹੈ, ਲਿਮਿਟ ਤੋਂ ਮੈਂ ਕੋਈ ਲਿਮਿਟ ਕਰਾਓ, ਠੀਕ ਹੈ, ਲੇਡੀ ਨੂੰ ਚਾਰ ਵਾਰੀ ਬਾਹਰ, ਮੈਂ ਜਿਹੜੀ ਤੈਨੂੰ ਗੱਲ ਤੁਹਾਨੂੰ ਮੈਂ ਹੁਣ ਸਾਫ ਗੱਲ ਦੱਸਦੀ ਹੈ, ਠੀਕ ਹੈ, ਤੈਨੂੰ ਸਾਫ ਗੱਲ ਦੱਸਦੀ ਆ ਮੈਂ, ਯਾਰ ਉੱਚੀ ਬੋਲ ਕੇ ਪੁੱਛੋ, ਮੈਂ ਜਿਹੜੀ ਤੈਨੂੰ ਮੈਂ ਗੱਲ ਦੱਸਦਾ ਪਿਆ, ਮੈਂ ਉੱਚੀ ਨਹੀਂ ਬੋਲਦਾ, ਮੈਂ ਚੋਰ ਹਾਂ, ਮੈਂ ਤੈਨੂੰ ਕਹਿੰਦਾ ਚੋਰ ਹਾਂ, ਤੇਰੀ ਦਰਖਾਸਤ ਲੈ ਲਈ ਹੈ, ਮੈਂ ਚੋਰ ਹਾਂ, ਮੈਂ ਚੋਰ ਨਹੀਂ, ਮੈਂ ਚੋਰ ਹਾਂ, ਮੈਂ ਤੈਨੂੰ ਮੈਂ ਕਮੱਲੇ ਦਾ ਮੋਹਤਰ, ਮੈਂ ਤੈਨੂੰ ਮੈਂ ਮੋਹਤਰ ਮੈਂ ਹੀ ਕਹਿੰਦਾ, ਮੈਂ ਚੌਕੀਦਾਰ ਇੱਥੇ, ਜੇ ਮੈਂ ਕੀ ਹਾਂ, ਮੈਂ ਚੌਕੀਦਾਰ, ਮੈਂ ਤੈਨੂੰ ਹੁਣ ਲਾਸ਼ ਕਹਿੰਦਾ ਤੈਨੂੰ, ਮੈਂ ਜਾ ਰਿਹਾ ਫਿਰ ਤੇ ਕਹਿ ਰਿਹਾ, ਤੈਨੂੰ ਮੈਂ ਹੁਣ ਦੇਖਿਆ ਤੂੰ ਹਵਾ ਹੋਰੀ ਕਰੀ ਜਾਣਾ ਹੈ, ਦਿਮਾਗ ਖਾਓ ਕਿਤੇ, ਇੱਕ ਮਿੰਟ, ਤੇਰੇ ਵਰਗੇ ਨੂੰ ਬਹੁਤ ਦੇਖੇ ਇੱਥੇ ਭਾਈ, ਮਾਰ ਮਤ, ਸ਼ੀਲ ਕੱਢਦਾ ਮੈਂ ਭਾਈ, ਤੇ ਸਾਡੋ ਕੀ ਚੌਂਕੀ ਚਾਰ ਦੇ ਵੱਲੋਂ ਬਦਤਮੀਜ਼ੀ ਦੇ ਨਾਲ ਮੁੱਲੇ ਦੇ ਮੋਹਲਵਾਰ ਬੰਦੇ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ, ਇਸੇ ਗੱਲ ਤੇ ਰਿਹਾ ਭਾਈ, ਇਸੇ ਗੱਲ ਤੇ ਰਿਹਾ, ਸਾਡੋ ਕੀ ਚਾਰ ਸਾਹਿਬ ਦੇ ਵੱਲੋਂ ਜਿਹੜੀ ਆ ਇੱਕ ਤਰ੍ਹਾਂ ਦੀ ਬਦਤਮੀਜ਼ੀ ਕੀਤੀ ਕੀਤੀ ਜਾ ਰਹੀ ਆ, ਸੋਹਣ ਚਾਰ ਸਾਹਿਬ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬਦਤਮੀਜ਼ੀ ਕੀਤੀ ਜਾ ਰਹੀ ਆ, ਨਾਸਾ ਭੰਨਣ ਦੀ ਗੱਲ ਕੀਤੀ ਜਾ ਰਹੀ ਆ, ਮੁਹੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ, ਤੁਸੀਂ ਦੇਖ ਸਕਦੇ ਹੋ ਕਿ ਚੌਂਕੀ ਦੇ ਇੰਚਾਰਜ ਵੱਲੋਂ ਜਿਹੜੇ ਮੁਹੱਲੇ ਦੇ ਉਮੀਦਵਾਰ ਅਮਨ ਸੈਣੀ ਬੀਜੇਪੀ ਤੋਂ, ਉਹਨਾਂ ਨੂੰ ਜਿਹੜਾ ਵਾ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਬਿਲਕੁਲ ਚੌਂਕੀ ਦੇ ਵਿੱਚ ਸ਼ਰੇਆਮ ਬਦਮਾਸ਼ੀ, ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਮੈਂ ਤੁਸੀਂ ਬਦਮਾਸ਼ੀ ਕਰਦੇ ਪਏ ਹੋ, ਮੇਰੀ ਸੁਣ ਲੈ ਗੱਲ, ਸੁਣ ਲੈ ਮੇਰੀ ਸਾਨੀ, ਮੈਂ ਤੈਨੂੰ ਹੁਣ ਤੁਹਾਨੂੰ ਬਲਾਸਟਰ ਕਹਿ ਰਿਹਾ ਤੈਨੂੰ, ਮੈਂ ਤੈਨੂੰ ਹੁਣ ਕਹਿ ਰਿਹਾ ਤੈਨੂੰ, ਮੈਂ ਕਹਿ ਰਿਹਾ ਮੈਂ ਵੀ ਕਹਿ ਰਿਹਾ, ਪਿਆਰ ਨਾਲ ਗੱਲ ਕਰੋ, ਬੰਦਿਆਂ ਵਾਂਗੂ ਗੱਲ ਕਰ ਰਿਹਾ, ਮੈਂ ਤੇਰੀ ਕੰਪਲੇਂਟ ਲੈ ਰਹੀ ਹੈ, ਮੈਂ ਤੈਨੂੰ ਲਿਮਿਟ ਹੁੰਦੀ ਹੈ, ਲਿਮਿਟ ਤੋਂ ਮੈਂ ਕੋਈ ਲਿਮਿਟ ਕਰਾਓ, ਠੀਕ ਹੈ, ਲੇਡੀ ਨੂੰ ਚਾਰ ਵਾਰੀ ਬਾਹਰ, ਮੈਂ ਜਿਹੜੀ ਤੈਨੂੰ ਗੱਲ ਤੁਹਾਨੂੰ ਮੈਂ ਹੁਣ ਸਾਫ ਗੱਲ ਦੱਸਦੀ ਹੈ, ਠੀਕ ਹੈ, ਤੈਨੂੰ ਸਾਫ ਗੱਲ ਦੱਸਦੀ ਆ ਮੈਂ, ਯਾਰ ਉੱਚੀ ਬੋਲ ਕੇ ਪੁੱਛੋ, ਮੈਂ ਤੇ ਤੈਨੂੰ ਮੈਂ ਗੱਲ ਦੱਸਦਾ ਪਿਆ, ਮੈਂ ਉੱਚੀ ਨਹੀਂ ਬੋਲਦਾ, ਮੈਂ ਚੋਰ ਹਾਂ, ਮੈਂ ਤੈਨੂੰ ਕਹਿੰਦਾ ਚੋਰ ਹਾਂ, ਤੇਰੀ ਦਰਖਾਸਤ ਲੈ ਲਈ ਹੈ, ਮੈਂ ਚੋਰ ਹਾਂ, ਮੈਂ ਚੋਰ ਨਹੀਂ, ਮੈਂ ਚੋਰ ਹਾਂ, ਮੈਂ ਤੈਨੂੰ ਮੈਂ ਕਮੱਲੇ ਦਾ ਮੋਹਤਰ, ਮੈਂ ਤੈਨੂੰ ਮੈਂ ਮੋਹਤਰ ਮੈਂ ਹੀ ਕਹਿੰਦਾ, ਮੈਂ ਚੌਂਕੀਦਾਰ ਇੱਥੇ, ਜੇ ਮੈਂ ਕੀ ਹਾਂ, ਮੈਂ ਚੌਂਕੀਦਾਰ, ਮੈਂ ਤੈਨੂੰ ਹੁਣ ਲਾਸ਼ ਕਹਿੰਦਾ ਤੈਨੂੰ, ਮੈਂ ਜਾ ਰਿਹਾ ਫਿਰ ਤੇ ਕਹਿ ਰਿਹਾ, ਤੈਨੂੰ ਮੈਂ ਹੁਣ ਦੇਖਿਆ ਤੂੰ ਹਵਾ ਹੋਰੀ ਕਰੀ ਜਾਣਾ ਹੈ, ਦਿਮਾਗ ਖਾਓ ਕਿਤੇ, ਇੱਕ ਮਿੰਟ, ਤੇਰੇ ਵਰਗੇ ਨੂੰ ਬਹੁਤ ਦੇਖੇ ਇੱਥੇ, ਭਾਈ ਮਾਰ ਮਤ, ਸ਼ੀਲ ਕੱਢਦਾ ਮੈਂ, ਭਾਈ ਦੇਖ ਸਕਦੇ ਹੋ ਕਿ ਚੌਂਕੀ ਇੰਚਾਰਜ ਦੇ ਵੱਲੋਂ ਬਦਤਮੀਜ਼ੀ ਦੇ ਨਾਲ ਮੁਹੱਲੇ ਦੇ ਮੋਹਲਵਾਰ ਬੰਦੇ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ, ਇਸੇ ਗੱਲ ਤੇ ਰਿਹਾ ਭਾਈ, ਇਸੇ ਗੱਲ ਤੇ ਦੇਖ ਸਕਦੇ ਹੋ ਕਿ ਇੰਚਾਰ ਸਾਹਿਬ ਦੇ ਵੱਲੋਂ ਜਿਹੜੀ ਆ ਇੱਕ ਤਰ੍ਹਾਂ ਦੀ ਬਦਤਮੀਜ਼ੀ ਕੀਤੀ ਜਾ ਰਹੀ ਆ, ਸੋਹਣ ਚਾਰ ਸਾਹਿਬ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬਦਤਮੀਜ਼ੀ ਕੀਤੀ ਜਾ ਰਹੀ ਆ, ਨਾਸਾ ਭੰਨਣ ਦੀ ਗੱਲ ਕੀਤੀ ਜਾ ਰਹੀ ਆ, ਮੁਹੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ, ਤੁਸੀਂ ਦੇਖ ਸਕਦੇ ਹੋ ਕਿ ਸਿਰਲਾਪੁਰ ਚੌਂਕੀ ਦੇ ਇੰਚਾਰਜ ਵੱਲੋਂ ਜਿਹੜੇ ਮੁਹੱਲੇ ਦੇ ਉਮੀਦਵਾਰ
ਅਮਨ ਸੈਣੀ ਬੀਜੇਪੀ ਤੋਂ ਉਹਨਾਂ ਨੂੰ ਜਿਹੜਾ ਵਾ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਬਿਲਕੁਲ ਚੌਂਕੀ ਦੇ ਵਿੱਚ ਸ਼ਰੇਆਮ ਬਦਮਾਸ਼ੀ, ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਬਹੁਤ ਜ਼ਿਆਦਾ ਹੈ।